ਸਲਾਮੋ ਅਲੈਕੁਮ ਭਾਈ ਯਾਰ, ਇਹ ਵੀਡੀਓ ਪੂਰੀ ਦੇਖੀ ਯਾਰ। ਇਹ ਜਿਹੜੀ ਬੱਚੀ ਆ ਨਾ, ਇਹਨੂੰ ਥੈਨੋਸੀਮੀਆ ਦੀ ਬਿਮਾਰੀ ਹੈ। ਥੈਨੋਸੀਮੀਆ ਬਿਮਾਰੀ ਐਸੀ ਹੁੰਦੀ ਜਿਹੜਾ ਬੱਚੇ ਦਾ ਜਿਗਰ ਹੁੰਦਾ ਨਾ, ਖੂਨ ਪੈਦਾ ਨਹੀਂ ਕਰਦਾ। ਇਹ ਬੱਚੀ ਦਾ ਜਿਗਰ ਖੂਨ ਪੈਦਾ ਨਹੀਂ ਕਰਦਾ, ਜਿਹਦੀ ਵਜ੍ਹਾ ਨਾਲ ਡਾਕਟਰ ਕਹਿੰਦੇ ਨੇ ਇਹਦਾ ਪਾਕਿਸਤਾਨ ਵਿੱਚ ਇਲਾਜ ਨਹੀਂ ਹੈ ਕੋਈ, ਅਤੇ ਇਹਨੂੰ ਓਪਰਾ ਖੂਨ ਲੱਗੇਗਾ। ਅਤੇ ਇਹ ਇਦਾਰੇ ਵਾਲੇ ਸਾਨੂੰ ਪਹਿਲੇ ਖੂਨ ਫੀਸ ਵੀ ਲੀਲਾ ਦਿੰਦੇ ਰਹੇ ਸੀ, ਲਾਉਂਦੇ ਰਹੇ ਸੀ ਬੱਚੀ ਨੂੰ, ਲੇਕਿਨ ਹੁਣ ਉਹ ਕਹਿ ਰਹੇ ਲੋਕਡਾਊਨ ਦੀ ਵਜ੍ਹਾ ਤੋਂ ਸਾਡਾ ਅਦਾਰਾ ਬੰਦ ਕੀਤਾ ਗਿਆ, ਅਤੇ ਤੁਸੀਂ ਆਪਣਾ ਡੋਨਰ ਲੈ ਕੇ ਆਓ ਅਤੇ ਬੱਚੀ ਨੂੰ ਖੂਨ ਲਵਾ ਲਓ। ਸਾਨੂੰ ਕੋਈ ਡੋਨਰ ਨਹੀਂ ਮਿਲ ਰਿਹਾ, ਜਿਹਦੀ ਵਜ੍ਹਾ ਤੋਂ ਬੱਚੀ ਦੀ ਤਬੀਅਤ ਦਿਨ ਬ ਦਿਨ ਖਰਾਬ ਹੋਈ ਜਾ ਰਹੀ ਹੈ। ਅਤੇ ਬਰਾਏ ਮਿਹਰਬਾਨੀ, ਅਗਰ ਕੋਈ ਡੋਨਰ ਖੂਨ ਦੇਣਾ ਚਾਹੁੰਦਾ ਹੋਵੇ, ਇਹ ਪੋਜ਼ਿਟਿਵ ਖੂਨ ਹੈ ਅਤੇ ਇਹ ਵਟਸਐਪ ਨੰਬਰ ਹੈ ਮੇਰਾ, ਇਹਦੇ 'ਤੇ ਲਾਜ਼ਮੀ ਰਾਬਤਾ ਕਰੇ। ਅਗਰ ਕੋਈ ਮਦਦ ਨਹੀਂ ਕਰ ਸਕਦਾ, ਉਹ ਸ਼ੇਅਰ ਲਾਜ਼ਮੀ ਕਰ ਦੇਵੇ। ਤੁਹਾਡੇ ਸ਼ੇਅਰ ਕਰਨ ਨਾਲ ਕੁਛ ਨਹੀਂ ਜਾਣਾ, ਬੱਚੀ ਦੀ ਮਦਦ ਹੋ ਜਾਵੇਗੀ, ਇੰਨਾ ਹੀ ਕਾਫੀ ਹੈ। ਬੜੀ ਮਿਹਰਬਾਨੀ ਜਨਾਬ ਦੀ।